वेलकम बैक टू ऑल माई स्टूडेंट्स ऑन माई यूट्यूब चैनल अच्छा जो सैशन है बहुत ज़्यादा इंपोर्टेंट बन चुका वह क्लास टेंथ के लिए मैं कल परसों ही जी प्री बोर्ड एग्जाम की जी डेटशीट जारी की एजुकेशन बोर्ड ने ਅਸ ਜਿਹੜਾ ਹੈ 10th ਕਲਾਸ ਤੇ +2 8th ਤੇ 5th ਕਲਾਸ ਦੀਆਂ ਜਿਹੜੀਆਂ ਡੇਟਸ਼ੀਟ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਉਹਨਾਂ ਨੇ ਨਵੀਂ ਡੇਟਸ਼ੀਟ ਜਿਹੜੀ ਆਈ ਉਹ ਆ ਚੁੱਕੀ ਆ ਇਸ ਵੀਡੀਓ ਦੇ ਵਿੱਚ ਅਸੀਂ ਸਾਰੇ ਉਸ ਡੇਟਸ਼ੀਟ ਦੇ ਬਾਰੇ ਇੰਗਲਿਸ਼ ਮੀਡੀਅਮ ਦੇ ਵਿੱਚ ਡਿਸਕਸ ਕਰਾਂਗੇ ਤੇ ਡਿਸਕਸ ਕਰਾਂਗੇ ਵੀ ਕਿਸ ਤਰੀਕੇ ਦਾ ਪੇਪਰ ਪੈਟਰਨ ਆਏਗਾ ਜਾਂ ਕਿਸ ਚੀਜ਼ ਦੇ ਵਿੱਚ ਕਿਹੜੇ-ਕਿਹੜੇ ਨਵੇਂ ਸਬਜੈਕਟ ਇਨਕਲੂਡ ਹੋਏ ਨੇ ਜਾਂ ਡਿਸਕਲੂਡ ਹੋਏ ਨੇ ਉਹ ਸਾਰੀਆਂ ਚੀਜ਼ਾਂ ਇਹਦੇ ਬਾਰੇ ਡਿਸਕਸ ਕਰਾਂਗੇ ਸਟਾਰਟ ਕਰਦੇ ਆਂ ਅਸ ਅ ਸੈਸ਼ਨ ਨੂੰ ਸੈਸ਼ਨ ਦੇ ਵਿੱਚ ਦੇਖੋ ਪਹਿਲਾਂ 10th ਕਲਾਸ ਦੇ ਵਿੱਚ ਜਿਹੜੇ ਮੇਨ-ਮੇਨ ਜਿਹੜ ਇਸ ਵਿੱਚ 10th ਕਲਾਸ ਦੇ ਪੇਪਰ ਲਈ 10 AM ਤੋਂ ਲੈ ਕੇ 1:15 ਤੱਕ ਯਾਨੀ ਕਿ 15 ਮਿੰਟਸ ਜਿਹੜਾ ਐਕਸਟਰਾ ਮਿਲਣਗੇ ਉਹ ਤੁਹਾਨੂੰ OMR ਸ਼ੀਟ ਨੂੰ ਫਿਲ ਕਰਨ ਦੇ ਲਈ ਦਿੱਤੇ ਜਾਣਗੇ ਆਲ ਮੇਨ ਸਬਜੈਕਟਸ ਜਿਹੜੇ ਹੋਣਗੇ ਉਹ 3 ਆਰਸ ਦੇ ਹੋਣਗੇ ਤੇ ਅਦਰ ਜਿਹੜੇ ਸਬਜੈਕਟਸ ਨੇ ਲਾਈਕ ਕੰਪਿਊਟਰ ਐਂਡ EVS देयर वाज ओनली 2 ਆਰਸ ਵੀ ਸਿਰਫ 2 ਘੰਟੇ ਦੇ ਪੇਪਰ ਹੋਣਗੇ 20 ਮਿੰਟਸ ਐਕਸਟਰਾ ਮਿਲਣਗੇ ਜਿਹੜੇ ਬੱਚੇ ਫਿਜ਼ੀਕਲ ਚੈਲੰਜਸ ਰੈਂ ਯਾਨੀ ਕਿ ਹੈਂਡੀਕੈਪਡ ਸਟੂਡੈਂਟਸ ਨੇ ਉਹਨਾਂ ਨੂੰ 3 ਘੰਟਿਆਂ ਤੋਂ ਇਲਾਵਾ ਵੀ 20 ਮਿੰਟ ਹੋਰ ਉੱਪਰ ਮਿਲਣਗੇ ਤੇ ਇਹਦੇ ਵਿੱਚ ਅਸੀਂ ਡਿਸਕਸ ਕਰਦੇ ਆਂ ਦੇਖੋ ਜੀ ਇਹਦੇ ਵਿੱਚ ਜਿਹੜੇ ਪੇਪਰ ਨੇ ਉਹ ਕਿਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਨੇ 9 4 2021 ਦੇ ਵਿੱਚ ਜਿਹੜਾ ਤੁਹਾਡਾ ਫਰਸਟ ਪੇਪਰ ਹੋਏਗਾ ਉਹ ਪੰਜਾਬੀ A ਦਾ ਹੋਏਗਾ 12 ਤਰੀਕ ਨੂੰ ਹੋਏਗਾ ਇੰਗਲਿਸ਼ ਦਾ 15 ਤਰੀਕ ਨੂੰ ਹੋਏਗਾ ਸਾਇੰਸ ਦਾ ਤੇ 16 ਤਰੀਕ ਨੂੰ ਪੰਜਾਬੀ B ਦਾ ਤੇ 19 ਤਰੀਕ ਨੂੰ ਸੋਸ਼ਲ ਸਾਇੰਸ ਦਾ ਤੇ 22 ਤਰੀਕ ਨੂੰ ਜਿਹੜਾ ਹੋਏਗਾ ਤੁਹਾਡਾ ਉਹ ਹਿੰਦੀ ਦਾ ਪੇਪਰ ਹੋਏਗਾ ਉਸ ਤੋਂ ਬਾਅਦ ਹੈ ਤੁਹਾਡੇ ਕੋਲ 26 ਤਰੀਕ ਨੂੰ ਤੁਹਾਡਾ ਮੈਥਮੈਟਿਕਸ 29 ਨੂੰ ਜਿਹੜਾ ਹੋਏਗਾ ਉਹ ਫਿਜ਼ੀਕਲ ਐਜੂਕੇਸ਼ਨ ਤੇ 30th ਨੂੰ ਜਿਹੜਾ ਹੋਏਗਾ ਉਹ ਵੈਲਕਮ ਲਾਈਫ ਜਿਹੜਾ ਇੱਕ ਨਿਊ ਸਬਜੈਕਟ ਐਡ ਆਊਨ ਹੋਇਆ ਤੁਹਾਡੇ ਸਿਲੇਬਸ ਦੇ ਵਿੱਚ 1 5 2021 ਨੂੰ ਤੁਹਾਡਾ ਹੋਏਗਾ ਕੰਪਿਊਟਰ ਸਾਇੰਸ ਤਾਂ ਇਸ ਤਰੀਕੇ ਨਾਲ ਤੁਹਾਡੇ ਜਿਹੜੇ ਇਗਜ਼ਾਮ ਨੇ ਉਹ ਕੰਡਕਟ ਹੋਣਗੇ ਤੇ ਇਹ ਕੰਪਲੀਟ ਹੋ ਜਾਣਗੇ ਤਾਂ ਤੁਸੀਂ ਇਹ ਸਾਰੀ ਡੇਟ ਸ਼ੀਟ ਜਿਹੜੀ ਹੈ ਔਰ ਨੋਟ ਡਾਊਨ ਕਰ ਲੈਣੀ ਹੈ ਜਾਂ ਮੇਰੇ ਵੀਡੀਓ ਤੋਂ ਸਕਰੀਨ ਸ਼ਾਟ ਮਾਰ ਸਕਦੇ ਹੋ ਤੇ ਤੁਸੀਂ ਇਸ ਵੀਡੀਓ ਦੇ ਅਕੋਰਡਿੰਗ ਹੀ ਤੁਸੀਂ ਆਪਣੀ ਜਿਹੜੀ ਤਿਆਰੀ ਉਹ ਨੂੰ ਕਰਨੀ ਸਟਾਰਟ ਕਰ ਦਿਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ ਜਸਟ ਵੇਟ ਫਾਰ ਆ ਬ੍ਰਾਈਟ ਫਿਊਚਰ ਥੈਂਕਸ ਲੋਟ ਵਾਚਿੰਗ ਫਾਰ ਮਾਈ ਸੈਸ਼ਨ